ਹੋਰ ਜੀ ਕੀ ਹਾਲ ਚਾਲ ਸਾਰਿਆਂ ਦਾ ਆਈ ਵਿਸ਼ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਉੱਪਰ ਪ੍ਰੀਵੀਅਸ ਵੀਡੀਓ 'ਚ ਆਪਾਂ ਗੱਲ ਕੀਤੀ ਸੀਗੀ ਕਿ ਹੁਆਵੀ ਦੀ ਜੋ ਵਿੰਗਲ ਆ ਆਪਾਂ ਨੂੰ ਕਿੰਨੀ ਸਪੀਡ ਦਿੰਦੀ ਆ ਜੋ ਸਿਮ ਆਪਾਂ ਫੋਨ ਦੇ ਵਿੱਚ ਯੂਜ਼ ਕਰਦੇ ਹਾਂ ਅਤੇ ਜਦੋਂ ਆਪਾਂ ਵਿੰਗਲ ਦੇ ਵਿੱਚ ਯੂਜ਼ ਕਰਦੇ ਹਾਂ ਕੀ ਆਪਾਂ ਨੂੰ ਸਪੀਡ ਮਿਲਦੀ ਹੈ ਉਸ ਤੋਂ ਪਹਿਲਾਂ ਇੱਕ ਮੈਂ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਜੋ ਇਹ ਵਿੰਗਲ ਆ ਹੁਆਵੀ ਦੀ ਇਸਦੇ ਸਿਗਨਲ ਆ ਉਹ ਕਿੰਨੇ ਕੁ ਸਟਰੋਂਗ ਆ ਆਪਾਂ ਨੂੰ ਕਿੰਨੇ ਡਿਸਟੈਂਸ 'ਤੇ ਕਿੰਨੀ ਦੂਰੀ ਉੱਪਰ ਆਪਾਂ ਨੂੰ ਸਿਗਨਲ ਜੋ ਮਿਲਦੇ ਰਹਿੰਦੇ ਆ ਅਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਕਿੱਦਾਂ ਆਪਾਂ ਇਸਦਾ ਪਾਸਵਰਡ ਚੇਂਜ ਕਰਨਾ ਆ ਕਿੱਦਾਂ ਆਪਾਂ ਇਸਨੂੰ ਕੰਟਰੋਲ ਕਰਨਾ ਜੋ ਆਪਣੀ ਸਿਮ ਉੱਪਰ SMS ਵਗੈਰਾ ਆ ਰਿਹਾ ਆ ਉਹ ਆਪਾਂ ਕਿੱਦਾਂ ਦੇਖਣੇ ਆ ਅਤੇ ਉਹਦੇ ਲਈ ਤੁਹਾਨੂੰ ਇਹ ਵਾਲੀ ਹੁਆਵੀ ਹਾਈ ਲਿੰਕ ਕਰਕੇ ਇੱਕ ਐਪ ਆਉਂਦੀ ਆ ਉਹ ਇੰਸਟਾਲ ਕਰਨੀ ਪਊਗੀ ਪਲੇ ਸਟੋਰ ਤੋਂ ਈਜ਼ਲੀ ਮਿਲ ਜਾਂਦੀ ਆ ਮੈਂ ਤੁਹਾਨੂੰ ਉਹਦਾ ਲਿੰਕ ਨੀਚੇ ਦੇ ਦੂੰਗਾ ਡਿਸਕ੍ਰਿਪਸ਼ਨ 'ਚ ਉੱਥੇ ਜਾ ਕੇ ਤੁਸੀਂ ਇਸ ਨੂੰ ਇੰਸਟਾਲ ਕਰ ਸਕਦੇ ਆ ਇੰਸਟਾਲ ਕਰਨ ਤੋਂ ਬਾਅਦ ਇੱਥੇ ਤੁਸੀਂ ਨੈਕਸਟ ਕਰ ਦਿਓ ਨੈਕਸਟ ਕਰਨ ਤੋਂ ਬਾਅਦ ਐਗਰੀ ਕਰ ਦੇਣਾ ਆਪਾਂ ਐਗਰੀ ਕਰਨ ਤੋਂ ਬਾਅਦ ਇਸ ਨੂੰ ਆਪਾਂ ਸਕਿਪ ਕਰਕੇ ਸਟਾਰਟ ਕਰ ਦੇਵਾਂਗੇ ਅਲਾਓ ਕਰ ਦੇਵਾਂਗੇ ਇੱਥੇ ਆਪਾਂ ਅਤੇ ਦੈਨ ਆਪਣਾ ਜੋ ਐਪ ਆ ਉਹ ਚੱਲਣੀ ਲੱਗ ਪਊਗੀ ਸੈਟਅਪ 'ਤੇ ਕਲਿੱਕ ਕਰਾਂਗੇ ਆਪਾਂ ਅਤੇ ਉਸ ਤੋਂ ਬਾਅਦ ਥੋੜ੍ਹੀ ਪ੍ਰੋਸੈਸਿੰਗ ਹੋਊਗੀ ਇੱਥੇ ਆਪਦਾ ਨੇਮ ਆ ਉਹ ਲਿਖਿਆ ਆ ਰਿਹਾ ਹੋਊਗਾ ਅਤੇ ਨੀਚੇ ਜੋ ਪਾਸਵਰਡ ਆ ਆਪਾਂ ਫਸਟ ਪਾਸਵਰਡ ਜੋ ਇਸ ਹੁਆਵੀ ਦੀ ਜੋ ਵਿੰਗਲ ਆ ਉਹਦੇ ਵਿੱਚ ਲਿਖਿਆ ਹੁੰਦਾ ਆ ਵਾਈਫਾਈ ਕੀ ਕਰਕੇ ਉਹਦੇ ਅੱਗੇ ਆਪਣਾ ਪਾਸਵਰਡ ਲਿਖਿਆ ਹੁੰਦਾ ਉਹ ਤੁਸੀਂ ਪਾਸਵਰਡ ਆਪਣੇ ਮੋਬਾਈਲ ਫੋਨ ਦੇ ਵਿੱਚ ਭਰ ਕੇ ਅਤੇ ਫਸਟ ਟਾਈਮ ਤੁਸੀਂ ਕਨੈਕਟ ਕਰਨਾ ਹੁੰਦਾ ਆਪਣੇ ਫੋਨ ਦੇ ਨਾਲ ਅਤੇ ਜਦੋਂ ਕਨੈਕਟ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਹ ਵਾਲੀ ਐਪ ਭਰ ਕੇ ਅਤੇ ਜੋ ਮੈਂ ਇੰਸਟਰਕਸ਼ਨ ਦੱਸੀ ਆ ਉੱਦਾਂ ਕਰਕੇ ਇੱਥੇ ਤੁਸੀਂ ਹੁਣ ਵਾਈਫਾਈ ਦਾ ਨੇਮ ਆ ਉਹ ਤੁਸੀਂ ਚੇਂਜ ਕਰ ਸਕਦੇ ਇੱਥੋਂ ਕੁਛ ਵੀ ਤੁਸੀਂ ਆਪਣੇ ਮਨਪਸੰਦੀ ਦਾ ਨਾਮ ਰੱਖ ਸਕਦੇ ਆ ਉਸ ਤੋਂ ਨੀ ਜੋ ਮੇਰਾ ਪ੍ਰੀਵੀਅਸ ਪਾਸਵਰਡ ਸੀਗਾ ਉਹ ਮੈਂ ਚੇਂਜ ਕਰਕੇ ਹੁਣ ਮੈਂ ਦੂਸਰਾ ਕੋਈ ਪਾਸਵਰਡ ਰੱਖ ਦੂੰਗਾ ਇੱਥੇ ਐਂਡ ਹੁਣ ਮੈਂ ਜੋ ਪਾਸਵਰਡ ਆ ਉਹ ਚੇਂਜ ਕਰ ਦਿੱਤਾ ਆ ਮੈਂ ਹੋਰ ਪਾਸਵਰਡ ਰੱਖ ਦਿੱਤਾ ਜੋ ਪਹਿਲਾਂ ਆਪਾਂ ਨੂੰ ਇਹਦੇ ਵਿੱਚ ਪਾਸਵਰਡ ਮਿਲਦਾ ਸੀਗਾ ਉਹ ਹੁਣ ਮੈਂ ਚੇਂਜ ਕਰਕੇ ਕੁਛ ਨਵਾਂ ਰੱਖ ਦਿੱਤਾ ਇੱਥੇ ਆਪਾਂ ਟਿੱਕ ਕਰ ਦੇਣਾ ਹੈ ਟਿੱਕ ਕਰਨ ਤੋਂ ਬਾਅਦ ਆਪਾਂ ਨੈਕਸਟ ਕਰ ਦੇਵਾਂਗੇ ਅਤੇ ਜੋ ਆਪਣੀ ਸੈਟਿੰਗ ਆ ਉਹ ਸੇਵ ਹੋ ਜੂਗੀਆਂ ਅਤੇ ਜੋ ਆਪਣੇ ਸਿਗਨਲ ਆ ਰਹੇ ਹੋਣਗੇ ਵਾਈਫਾਈ ਦੇ ਉਹ ਬੰਦ ਹੋ ਜਾਣਗੇ ਕਿਉਂਕਿ ਇੱਥੇ ਆਪਾਂ ਰੀਸਟਾਰਟ ਕਰ ਦੇਵਾਂਗੇ ਇਸ ਨੂੰ ਰੀਸਟਾਰਟ ਹੋਣ ਤੋਂ ਬਾਅਦ ਜੋ ਕੰਪਲੀਟਲੀ ਆਪਣਾ ਜੋ ਪਾਸਵਰਡ ਹੈ ਚੇਂਜ ਹੋ ਜੂਗਾ ਵਾਈਫਾਈ ਦਾ ਅਤੇ ਉਸ ਤੋਂ ਬਾਅਦ ਆਪਾਂ ਨੂੰ ਦੁਬਾਰਾ ਫਿਰ ਤੋਂ ਕਨੈਕਟ ਕਰਨਾ ਪਊਗਾ ਜੋ ਆਪਾਂ ਇੱਥੇ ਜਾਵਾਂਗੇ ਇੱਥੇ ਆਪਾਂ ਨੂੰ ਕਨੈਕਟ ਕਰਨ ਦੇ ਲਈ ਦੁਬਾਰਾ ਜੋ ਨਿਊ ਆਪਾਂ ਪਾਸਵਰਡ ਭਰਿਆ ਹੋਇਆ ਉਹ ਆਪਾਂ ਭਰਾਂਗੇ ਇੱਥੇ ਹੁਣ ਇੱਥੇ ਕਨੈਕਟ ਕਰ ਚੁੱਕਾ ਹਾਂ ਆਪਣਾ ਵਾਈਫਾਈ ਨੂੰ ਉਸ ਤੋਂ ਬਾਅਦ ਆਪਾਂ ਐਪ ਓਪਨ ਕਰਾਂਗੇ ਜਿੱਦਾਂ ਹੀ ਆਪਾਂ ਐਪ ਓਪਨ ਕਰਾਂਗੇ ਤਾਂ ਆਪਾਂ ਨੂੰ ਐਪ ਦੇ ਵਿੱਚ ਕਾਫੀ ਕੁਛ ਦੇਖਣ ਨੂੰ ਮਿਲੂਗਾ ਕਿ ਜਿੱਦਾਂ ਇਹ ਦੱਸ ਦਿੰਦੀ ਐਪ ਆਪਾਂ ਨੂੰ ਕਿ ਕਿਹੜਾ ਡਿਵਾਈਸ ਤੁਸੀਂ ਯੂਜ਼ ਕਰ ਰਹੇ ਹੋ ਕਿਹੜਾ ਡਿਵਾਈਸ ਇਸ ਵਿੰਗਲ ਦੇ ਨਾਲ ਕਨੈਕਟ ਆ ਇਹ ਡਿਵਾਈਸ ਦੀ ਇਨਫੋਰਮੇਸ਼ਨ ਆਪਾਂ ਨੂੰ ਮਿਲ ਜਾਂਦੀ ਹੈ ਇੱਥੇ ਤੁਸੀਂ ਪਲੈਨ ਵੀ ਸੈੱਟ ਕਰ ਸਕਦੇ ਆਪਣਾ ਕਿ ਕਿੰਨਾ ਆਪਾਂ ਯੂਜ਼ ਕਰਨਾ ਹੈ ਮੰਥਲੀ ਜਾਂ ਵੀਕਲੀ ਕਿੰਨਾ ਆਪਾਂ ਨੈੱਟ ਯੂਜ਼ ਕਰਨਾ ਇੱਥੇ ਤੁਸੀਂ ਸੈੱਟ ਕਰ ਸਕਦੇ ਹਾਂ ਸੈਟਿੰਗ ਵਿੱਚ ਜਾ ਕੇ ਉਸ ਤੋਂ ਬਾਅਦ ਤੁਸੀਂ ਇੱਥੇ ਟੂਲ ਦੇ ਉੱਪਰ ਕਲਿੱਕ ਕਰੋਗੇ ਟੂਲ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ SMS ਦੀ ਜੋ ਆਪਸ਼ਨ ਮਿਲੂਗੀ ਉੱਥੇ ਕਲਿੱਕ ਕਰੋਗੇ ਅਤੇ ਜੋ ਵੀ ਤੁਹਾਡੀ ਸਿਮ ਦੇ ਉੱਪਰ SMS ਵਗੈਰਾ ਆਏ ਹੋਣਗੇ ਉਹ ਤੁਹਾਨੂੰ ਇੱਥੇ ਮਿਲ ਜਾਣਗੇ ਅਤੇ ਉਸ ਦਾ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਕਿ ਤੁਹਾਡੇ ਫੋਨ ਦੇ ਉੱਪਰ ਜਾਂ ਤੁਹਾਡੀ ਸਿਮ ਦੇ ਉੱਪਰ SMS ਆ ਚੁੱਕੇ ਆ ਇੱਥੇ ਜੋ SMS ਵਾਲੀ ਲੈਟ ਜਾਗ ਰਹੀ ਆ ਉਹ ਤੁਹਾਨੂੰ ਇੰਡੀਕੇਟ ਕਰਦੀ ਆ ਕਿ ਤੁਹਾਡੀ ਸਿਮ ਦੇ ਉੱਪਰ ਕੋਈ ਨਾ ਕੋਈ ਮੈਸੇਜ ਆਇਆ ਹੋਇਆ ਅਤੇ ਉਹ ਤੁਸੀਂ ਮੈਸੇਜ ਨੂੰ ਐਪ ਦੁਆਰਾ ਰੀਡ ਕਰ ਸਕਦੇ ਆ ਇਸ ਨੂੰ ਡਿਲੀਟ ਵੀ ਕਰ ਸਕਦੇ ਆ ਤੁਸੀਂ ਜਿੱਦਾਂ ਕਿ ਮੈਂ ਡਿਲੀਟ ਕਰ ਦੇਵਾਂ ਜੇ ਮੈਂ ਇੱਥੇ ਡਿਲੀਟ ਕਰ ਦਿੱਤੇ ਆ ਤਾਂ ਇੱਥੇ ਜੋ ਲਾਈਟ ਜਾਗ ਰਹੀ ਸੀਗੀ SMS ਵਾਲੀ ਉਹ ਬੰਦ ਹੋ ਚੁੱਕੀ ਆ ਹੁਣ ਜੋ ਸਿਗਨਲ ਵਾਲੀ ਆ ਅਤੇ ਵਾਈਫਾਈ ਵਾਲੀ ਲਾਈਟ ਆਪਾਂ ਨੂੰ ਸਿਰਫ ਉਹੀ ਮਿਲ ਰਹੀ ਆ ਜੇ ਤੁਸੀਂ ਸੈਟਿੰਗ ਵਿੱਚ ਜਾਂਦੇ ਆ ਤਾਂ ਸੈਟਿੰਗ ਵਿੱਚ ਜਾ ਕੇ ਤੁਸੀਂ ਮਾਈ ਵਾਈਫਾਈ ਦਾ ਜੋ ਵੀ ਆਪਣਾ ਇਨਫੋਰਮੇਸ਼ਨ ਆ ਲੈ ਸਕਦੇ ਆ ਕਿ ਤੁਹਾਡਾ ਜੋ ਵਾਈਫਾਈ ਦਾ ਨੇਮ ਕੀ ਆ ਉਸ ਤੋਂ ਨੀਚੇ ਦੇਖ ਸਕਦੇ ਆ ਕਿ ਤੁਸੀਂ ਤੁਹਾਡਾ ਪਾਸਵਰਡ ਕੀ ਆ ਇਸ ਨੂੰ ਸ਼ੋਅ ਕਰ ਸਕਦੇ ਹਾਂ ਇੱਥੇ ਆਈ ਪਰ ਕਲਿੱਕ ਕਰਕੇ ਤੁਹਾਨੂੰ ਸ਼ੋਅ ਹੋਜੂਗਾ ਕਿ ਤੁਹਾਡੇ ਵਾਈਫਾਈ ਦਾ ਪਾਸਵਰਡ ਆ ਉਸ ਤੋਂ ਬੈਕ ਆਉਂਗੇ ਅਤੇ ਅਕਾਊਂਟ ਬਾਰੇ ਤੁਸੀਂ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਤੁਸੀਂ ਆਪਣਾ ਅਕਾਊਂਟ ਨੂੰ ਮੋਡੀਫਾਈ ਕਰ ਸਕਦੇ ਹਾਂ ਆਪਣਾ ਕਰੰਟ ਜੋ ਪਾਸਵਰਡ ਲਗਾ ਕੇ ਆਪਣਾ ਨਿਊ ਪਾਸਵਰਡ ਲਗਾ ਕੇ ਤੁਸੀਂ ਪਾਸਵਰਡ ਨੂੰ ਚੇਂਜ ਕਰ ਸਕਦੇ ਹਾਂ ਆਪਣੀ ਐਪ ਨੂੰ ਲੌਗ ਆਊਟ ਵੀ ਕਰ ਸਕਦੇ ਹਾਂ ਇੱਥੇ ਅਤੇ ਦੈਨ ਆਪਾਂ ਜੇ ਨੈਟਵਰਕ ਵਿੱਚ ਜਾਂਦੇ ਹਾਂ ਤਾਂ ਨੈਟਵਰਕ ਵਿੱਚ ਤੁਸੀਂ ਦੇ ਸਕਦੇ ਹਾਂ ਕਿ ਇੱਥੇ ਜੋ ਆਪਣਾ BSNL ਦਾ ਆਪਾਂ ਨੂੰ ਨੈਟਵਰਕ ਮਿਲ ਰਿਹਾ ਆ ਇੱਥੇ ਤੁਸੀਂ ਇਸ ਨੂੰ ਜੋ ਪ੍ਰੈਫਰ ਨੈਟਵਰਕ ਆ ਤੁਸੀਂ 4G ਕਰ ਸਕਦੇ ਹੋ ਸਿੰਗਲ 4G ਕਰ ਸਕਦੇ 3G ਕਰ ਸਕਦੇ ਹੋ ਇੱਥੇ ਮੈਨੂੰ 3G ਨੈਟਵਰਕ ਵਧੀਆ ਮਿਲਦਾ ਇਸ ਕਰਕੇ ਮੈਂ 3G ਇਸ ਨੂੰ ਕਲਿੱਕ ਕਰ ਦੂੰਗਾ ਜੋ ਵਿੰਗਲ ਆ ਉਸ ਦੇ ਵਿੱਚ ਮੈਨੂੰ ਕੋਈ ਸੈਟਿੰਗ ਨਹੀਂ ਕਰਨੀ ਪੈਣੀ ਆਪਣੀ ਐਪ ਦੇ ਉੱਪਰ ਜਾ ਕੇ ਮੈਂ ਆਪਣੇ ਨੈਟਵਰਕ ਨੂੰ ਕੰਟਰੋਲ ਕਰ ਸਕਦਾ ਹਾਂ ਸਿਗਨਲ ਨੂੰ ਕੰਟਰੋਲ ਕਰ ਸਕਦਾ ਹਾਂ ਅਤੇ ਜਿੱਦਾਂ ਦਾ ਵੀ ਮੈਨੂੰ 4G ਜਾਂ 3G ਜਿੱਦਾਂ ਦਾ ਵੀ ਨੈਟਵਰਕ ਮੈਨੂੰ ਚਾਹੀਦਾ ਹੋਇਆ ਤਾਂ ਮੈਂ ਈਜ਼ਲੀ ਇਸ ਐਪ ਥਰੂ ਕਰ ਸਕਦਾ ਹਾਂ ਉਸ ਤੋਂ ਬਾਅਦ ਡਿਵਾਈਸ ਬਾਰੇ ਇਨਫੋਰਮੇਸ਼ਨ ਮਿਲ ਜਾਂਦੀ ਹੈ ਤੁਸੀਂ ਚੈੱਕ ਕਰ ਸਕਦੇ ਹਾਂ ਕਿ ਤੁਹਾਡੇ ਜੋ ਵਿੰਗਲ ਆ ਉਹਦੇ ਉੱਪਰ ਕੋਈ ਅਪਡੇਟ ਆਈ ਹੈ ਵਗੈਰਾ ਵਗੈਰਾ ਉਹ ਤੁਸੀਂ ਇੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹਾਂ ਅਤੇ ਟੂਲ ਦੇ ਵਿੱਚ ਆਪਾਂ ਨੂੰ ਸ਼ਾਰਟਕੱਟ ਦਾ ਇੱਕ ਆਪਸ਼ਨ ਮਿਲ ਜਾਂਦੀ ਆ ਸ਼ੇਅਰ ਦੀ ਆਪਸ਼ਨ ਮਿਲ ਜਾਂਦੀ ਹੈ ਸਕੈਨ ਦੀ ਇਨਫੋਰਮੇਸ਼ਨ ਮਿਲ ਜਾਂਦੀ ਆ ਅਤੇ ਡਿਵਾਈਸ ਦੇ ਵਿੱਚ ਜਿੰਨੇ ਵੀ ਤੁਹਾਡੇ ਡਿਵਾਈਸ ਕਨੈਕਟ ਹੋਣਗੇ ਇੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੂਗੀ ਪਿਛਲੇ 3 ਮਿੰਟ ਤੋਂ ਜੋ ਮੇਰਾ ਡਿਵਾਈਸ ਆ ਉਹ ਇਸ ਵਿੰਗਲ ਦੇ ਨਾਲ ਕਨੈਕਟ
ਇਫ ਡਿਵਾਈਸ ਨੂੰ ਬੰਦ ਵੀ ਕਰ ਸਕਦੇ ਹਾਂ ਆਪਣੇ ਐਪ ਥਰੂ। ਪਹਿਲੇ 3 ਲਾਈਨ ਤੋਂ ਪੇ ਕਲਿੱਕ ਕਰਦੇ ਹਾਂ ਅਤੇ ਆਪਾਂ ਨੂੰ ਇੱਥੇ ਚੈੱਕ ਫੋਰ ਅਪਡੇਟ ਦੇ ਸਕਦੇ ਹਾਂ ਆਪਾਂ ਅਬਾਊਟ ਕੀ ਤਾਂ ਵਰਜ਼ਨ ਆ ਉਹ ਵਗੈਰਾ ਆਪਾਂ ਇੱਥੇ ਵੀ ਇਨਫੋਰਮੇਸ਼ਨ ਲੈ ਸਕਦੇ ਹਾਂ। ਅਤੇ ਕਾਫੀ ਵਧੀਆ ਅਤੇ ਯੂਸਫੁਲ ਇਹ ਐਪ ਸੀਗੀ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ। ਇਸ ਵਿੰਗਲ ਦੇ ਨਾਲ ਤੁਸੀਂ ਜ਼ਰੂਰ ਇਸ ਨੂੰ ਯੂਜ਼ ਕਰ ਸਕਦੇ ਹਾਂ। ਅਤੇ ਬਸ ਇਹੀ ਸੀਗਾ ਇਹਦੀ ਵੀਡੀਓ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜੇ ਮੇਰੇ ਚੈਨਲ ਤੁਸੀਂ ਪਹਿਲੀ ਵਾਰ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀਆਂ ਅਪਕਮਿੰਗ ਵੀਡੀਓ ਤੁਸੀਂ ਦੇਖ ਸਕੋ। ਜੇ ਮੇਰੇ ਚੈਨਲ ਦੇ ਉੱਪਰ ਇਸੇ ਤਰ੍ਹਾਂ ਦੀਆਂ ਤਦ ਤੱਕ ਲਈ ਪੀਸ ਐਂਡ ਲਵ।